ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। PTC ਚੈਨਲ 'ਤੇ ਦ ਟਰਬਨ ਟਰੈਵਲਰ ਐਂਡ ਸਪਿਰਚੁਅਲ ਜਰਨੀ ਦੇਖਣ ਵਾਲੇ ਸਾਰੇ ਵੀਰਾਂ ਨੂੰ, ਭੈਣਾਂ ਨੂੰ, ਮਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ। ਅਸੀਂ ਇਸ ਵਕਤ ਖਲੋਤੇ ਹੈਗੇ ਹਾਂ ਮਚੂਕਾ ਸਥਿਤ ਹੋਮ ਸਟੇਅ ਵਿੱਚ, ਜਿੱਥੇ ਅਸੀਂ ਰਾਤੀ ਰੁਕੇ ਸੀਗੇ। ਬਹੁਤ ਸੋਹਣੀ ਜਗ੍ਹਾ 'ਤੇ ਹੋਮ ਸਟੇਅ ਬਣਿਆ ਹੋਇਆ ਹੈਗਾ, ਇਟਸ ਅ ਕਾਇੰਡ ਆਫ ਅ ਗੈਸਟ ਹਾਊਸ। ਚਾਰੋਂ ਤਰਫ ਪਹਾੜੀਆਂ ਇੱਥੋਂ ਨਜ਼ਰ ਆਉਂਦੀਆਂ ਨੇ। ਰਾਤ ਅਸੀਂ ਇੱਥੇ ਰੁਕੇ, ਹੁਣ ਇਸ ਵਕਤ ਵੱਜ ਰਹੇ ਨੇ ਸਵੇਰੇ ਦੇ 7, ਅਤੇ ਅਸੀਂ ਚਾਲੇ ਪਾਉਣ ਲੱਗੇ ਹੈਗੇ ਹਾਂ ਮਚੂਕਾ ਸਾਹਿਬ ਗੁਰਦੁਆਰਾ ਜਾਣ ਵਾਸਤੇ। ਗੁਰਦੁਆਰਾ ਸਾਹਿਬ ਇੱਥੋਂ ਤਕਰੀਬਨ 9 ਕਿਲੋਮੀਟਰ ਦੀ ਦੂਰੀ 'ਤੇ ਹੈ। ਉੱਥੇ ਜਾ ਕੇ ਗੁਰਦੁਆਰੇ ਦਾ ਇਤਿਹਾਸ ਜਾਣਾਂਗੇ ਅਤੇ ਆਪ ਜੀ ਨੂੰ ਵੀ ਦਰਸ਼ਨ ਕਰਾਵਾਂਗੇ। ਛੱਡੀ ਨਾ ਕਦੇ ਮੇਰੀ ਬਾਂ ਬਾਬਾ ਨਾਨਕਾ, ਸਤਿਗੁਰੂ ਨਾਨਕ, ਧੰਨ ਗੁਰੂ ਨਾਨਕ, ਸਤਿਗੁਰੂ ਨਾਨਕ, ਧੰਨ ਗੁਰੂ ਨਾਨਕ, ਤੂੰ ਹੀ ਦੁਨੀਆ ਵਾਲੀ। ਸੱਚੇ ਪਿਤਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਥੇਰੇ ਐਸੇ ਸਥਾਨ ਨੇ ਜਿਹੜੇ ਕਿ ਉਜਾਗਰ ਨਹੀਂ ਹੋਏ ਸੀ, ਪਰ ਇਤਿਹਾਸ ਵਿੱਚ ਉਹਨ ਰਸਤਿਆਂ ਦਾ ਜ਼ਿਕਰ ਸੀ ਜਿੱਥੋਂ ਮਹਾਰਾਜ ਹੋ ਕੇ ਗੁਜ਼ਰੇ ਸੀ, ਅਤੇ ਉਹਨਾਂ ਦੇ ਸਥਾਨ ਉਹ ਬਾਅਦ ਵਿੱਚ ਉਜਾਗਰ ਹੋਏ। ਐਸੇ ਇੱਕ ਸਥਾਨ 'ਤੇ ਅਸੀਂ ਇਸ ਵਕਤ ਬੈਠੇ ਹੈਗੇ ਹਾਂ ਜਿਹੜਾ ਦਿੱਲੀ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਅਰੁਣਾਚਲ ਪ੍ਰਦੇਸ਼ ਦੇ ਅਤੇ ਚਾਈਨਾ ਦੇ ਬਾਰਡਰ ਦੇ ਉੱਤੇ ਇੱਕ ਛੋਟੇ ਜਿਹੇ ਗਾਓਂ ਮਚੂਕਾ ਵਿੱਚ ਸਥਿਤ ਹੈਗਾ। ਇਹ ਸਥਾਨ ਉਹ ਹੈ ਜਿਸ ਵਕਤ ਮਹਾਰਾਜ ਆਪਣੀ ਉਦਾਸੀ 'ਤੇ ਤਿੱਬਤ ਜਾ ਰਹੇ ਸੀ ਅਤੇ ਰਸਤੇ ਵਿੱਚ ਇਸ ਸਥਾਨ ਤੋਂ ਹੋ ਕੇ ਗੁਜ਼ਰੇ ਅਤੇ ਇੱਥੇ ਉਹ ਰੁਕੇ ਸੀ। ਐਸਾ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ ਆਪਣੀ ਆਪਣੀ ਕਿਤਾਬਾਂ 'ਚ ਟਾਈਮ ਟੂ ਟਾਈਮ। ਸਭ ਤੋਂ ਪਹਿਲੇ ਮੈਂ ਤੁਹਾਨੂੰ ਇਹ ਦੱਸਣਾ ਹੈਗਾ ਕਿ ਇਹ ਸਥਾਨ ਕਿਸ ਤਰੀਕੇ ਨਾਲ ਉਜਾਗਰ ਹੋਇਆ ਅਤੇ ਕਿਸ ਤਰੀਕੇ ਨਾਲ ਇੱਥੇ ਗੁਰਦੁਆਰਾ ਸਾਹਿਬ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ। ਸੰਨ 1986 ਦੀ ਗੱਲ ਹੈ। ਮੇਜਰ ਦਲਵਿੰਦਰ ਸਿੰਘ ਗਰੇਵਾਲ ਉਹ ਇੱਥੇ ਪੋਸਟਡ ਸੀਗੇ, ਜਿਹੜੇ ਕਿ ਹੁਣ ਰਿਟਾਇਰਡ ਕਰਨਲ ਡਾਕਟਰ ਦਲਵਿੰਦਰ ਸਿੰਘ ਗਰੇਵਾਲ ਦੇ ਨਾਂ 'ਤੇ ਜਾਣੇ ਜਾਂਦੇ ਨੇ ਅਤੇ ਜਿਹੜੇ ਇਤਿਹਾਸਕਾਰ ਵੀ ਨੇ। ਜਿਹੜੀ ਕਹਾਣੀ ਉਹਨਾਂ ਨੇ ਮੈਨੂੰ ਦੱਸੀ, ਜਿਹੜੀ ਕਿ ਉਹਨਾਂ ਦੀ ਕਿਤਾਬ ਵਿੱਚ ਵੀ ਲਿਖੀ ਹੋਈ ਹੈਗੀ, ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਨਾ। ਮੇਜਰ ਦਲਵਿੰਦਰ ਸਿੰਘ ਗਰੇਵਾਲ ਦੇ ਹਿਸਾਬ ਨਾਲ ਜਿਸ ਵਕਤ ਉਹ ਇਸ ਜਗ੍ਹਾ ਦੇ ਉੱਤੇ ਪੋਸਟਡ ਸੀਗੇ, ਅਚਾਨਕ ਇੱਕ ਰਾਤ ਬੰਦਾ ਉਹਨਾਂ ਦਾ ਦਰਵਾਜ਼ਾ ਖਟਖਟਾਉਂਦਾ ਹੈ ਜਿੱਥੇ ਉਹ ਰੁਕੇ ਸੀਗੇ, ਅਤੇ ਉਹਨਾਂ ਨੂੰ ਕਹਿੰਦਾ ਹੈ ਕਿ ਮੇਰੇ ਬੇਟੇ ਦੀ ਤਬੀਅਤ ਬਹੁਤ ਖਰਾਬ ਹੈ ਅਤੇ ਪਲੀਜ਼ ਤੁਸੀਂ ਉਹਦੀ ਹੈਲਪ ਕਰੋ। ਮੇਜਰ ਸਾਹਿਬ ਉੱਥੋਂ ਨਿਕਲਦੇ ਨੇ, ਡਾਕਟਰ ਨੂੰ ਉਹ ਇਨਫੋਰਮ ਕਰਦੇ ਨੇ, ਪਰ ਡਾਕਟਰ ਨੂੰ ਇਨਫੋਰਮ ਕਰਨ ਲਈ ਟਾਈਮ ਲੱਗ ਸਕਦਾ ਹੈ, ਇਸ ਕਰਕੇ ਉਹਨਾਂ ਨੇ ਆਪ ਜਾ ਕੇ ਉਹਨੂੰ ਦੇਖਣਾ ਠੀਕ ਸਮਝਿਆ। ਮੇਜਰ ਸਾਹਿਬ ਉਹਨਾਂ ਦੇ ਘਰ ਗਏ, ਲੱਕੜ ਦੇ ਇੱਕ ਛੋਟੇ ਜਿਹੇ ਮਕਾਨ ਦੇ ਅੰਦਰ ਇੱਕ ਪਿੱਛੇ ਵਾਲੇ ਕਮਰੇ ਵਿੱਚ ਉਹ ਬੱਚਾ ਦਰਦ ਨਾਲ ਕਹਿਰਾ ਰਿਹਾ ਸੀਗਾ। ਮੇਜਰ ਸਾਹਿਬ ਜਾ ਕੇ ਉੱਥੇ ਦੇਖਦੇ ਨੇ, ਪ੍ਰੀਕੋਸ਼ਨਰੀ ਮੇਜਰ ਵਾਸਤੇ ਉਹ ਆਪਣੇ ਨਾਲ ਕੁਛ ਦਵਾਈਆਂ ਪੇਨ ਕਿਲਰਸ ਨਾਲ ਚੁੱਕ ਕੇ ਲੈ ਗਏ ਸੀ। ਉਹਨਾਂ ਕੋਲ ਮੁੰਡੇ ਦਾ ਦਰਦ ਨਹੀਂ ਵੇਖਿਆ ਗਿਆ ਅਤੇ ਉਹਨਾਂ ਨੇ ਕੁਛ ਦਵਾਈਆਂ ਜਿਹੜੀ ਕਿ ਪੇਨ ਕਿਲਰ ਸੀਗੀਆਂ ਉਹ ਉਹਨੂੰ ਦਿੱਤੀਆਂ। ਉਹਨਾਂ ਨੇ ਉੱਥੇ ਦੇਖਿਆ ਕਿ ਇੱਕ ਲਾਮਾ ਵੀ ਉੱਥੇ ਖਲੋਤਾ ਸੀਗਾ ਜਿਸ ਨੇ ਉਸ ਬੱਚੇ ਨੂੰ ਉਹ ਦਵਾਈ ਲੈਣ ਤੋਂ ਮਨਾ ਕਰਤਾ। ਇਹਨਾਂ ਸਥਾਨਾਂ ਦੇ ਉੱਤੇ ਲਾਮਾ ਦੀ ਬਹੁਤ ਜ਼ਿਆਦਾ ਇੱਜ਼ਤ ਅਤੇ ਰਿਸਪੈਕਟ ਹੁੰਦੀ ਹੈਗੀ ਅਤੇ ਉਹਨਾਂ ਨੂੰ ਕੋਈ ਵੀ ਬੰਦਾ ਉਹਨਾਂ ਦੀ ਗੱਲ ਨੂੰ ਕੱਟ ਨਹੀਂ ਸਕਦਾ। ਐਸੀ ਸੋਚ ਮੇਜਰ ਸਾਹਿਬ ਦੇ ਵੀ ਦਿਮਾਗ 'ਚ ਸੀ ਅਤੇ ਉਹਨਾਂ ਨੇ ਉਹਦਾ ਕੋਈ ਰਿਐਕਸ਼ਨ ਨਹੀਂ ਦਿੱਤਾ। ਅਚਾਨਕ ਉਹ ਦੇਖਦੇ ਨੇ ਕਿ ਉਹ ਦਵਾਈ ਜਿਹੜੀ ਉਹਨਾਂ ਨੇ ਬੱਚੇ ਨੂੰ ਦਿੱਤੀ ਸੀ ਉਹ ਲਾਮਾ ਨੇ ਆਪਣੇ ਹੱਥ 'ਚ ਫੜੀ ਅਤੇ ਕੁਛ ਮੰਤਰ ਉਚਾਰਨ ਕਰਨੇ ਉਹਨੇ ਸ਼ੁਰੂ ਕਰ ਦਿੱਤੇ। ਮੇਜਰ ਸਾਹਿਬ ਨੇ ਜਦ ਉਹ ਮੰਤਰ ਸੁਣੇ ਜਿਹਦੇ ਅੰਦਰ ਨਾਨਕ 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 ਦੀ ਆਵਾਜ਼ ਉਹਨਾਂ ਨੂੰ ਸੁਣਾਈ ਦਿੱਤੀ, ਜਿਹਨੂੰ ਸੁਣ ਕੇ ਉਹ ਬੜਾ ਹੈਰਾਨ ਹੋਏ। ਮੰਤਰ ਉਚਾਰਨ ਤੋਂ ਬਾਅਦ ਉਸ ਲਾਮਾ ਨੇ ਉਹ ਦਵਾਈ ਉਸ ਬੱਚੇ ਨੂੰ ਖਾਣ ਨੂੰ ਦੇ ਦਿੱਤੀ। ਬੱਚੇ ਨੇ ਦਵਾਈ ਖਾ ਲਈ। ਉਪਰੰਤ ਮੇਜਰ ਸਾਹਿਬ ਨੂੰ ਬੜੀ ਕਿਉਰੋਸਿਟੀ ਹੋਈ ਕਿ ਇੰਨੀ ਦੂਰ ਇਸ ਸਥਾਨ ਦੇ ਉੱਤੇ, ਦੁਰਗਮ ਸਥਾਨ ਦੇ ਉੱਤੇ ਕੌਣ ਦੂਜੇ ਧਰਮ ਦਾ ਬੰਦਾ ਗੁਰੂ ਨਾਨਕ ਦਾ ਨਾਮ ਲੈ ਰਿਹਾ ਹੈ, ਅਤੇ ਉਹਨਾਂ ਨੇ ਉਸ ਲਾਮਾ ਤੋਂ ਪੁੱਛਿਆ ਕਿ ਤੁਸੀਂ ਜਿਹੜਾ ਇਹ ਸ਼ਬਦ ਨਾਨਕ ਨਾਨਕ ਉਚਾਰ ਰਹੇ ਸੀ ਆਪਣੀ ਬਾਣੀ ਵਿੱਚ, ਉਹਦਾ ਮਤਲਬ ਕੀ ਹੈਗਾ? ਲਾਮਾ ਨੇ ਜਵਾਬ ਦਿੱਤਾ, ਇਹ ਸਾਡੇ ਨਾਨਕ ਲਾਮਾ ਨੇ ਜਿਨ੍ਹਾਂ ਨੂੰ ਅਸੀਂ ਗੁਰੂ ਮੰਨੇ ਹਾਂ ਅਤੇ ਇਹਨਾਂ ਦੀ ਬੜੀ ਅਸੀਂ ਇੱਜ਼ਤ ਅਤੇ ਮਾਨ ਅਤੇ ਸਤਿਕਾਰ ਕਰਦੇ ਹਾਂ। ਸਾਡੇ ਧਰਮ ਵਿੱਚ ਇਹਨਾਂ ਨੂੰ ਅਸੀਂ ਨਾਨਕ ਲਾਮਾ ਜਾਂ ਰਿੰਪੋਚੇ ਵੀ ਕਹਿੰਦੇ ਹਾਂ ਅਤੇ ਇਹਨਾਂ ਨੂੰ ਅਸੀਂ ਬੜਾ ਮਾਨ ਦਿੰਦੇ ਹਾਂ। ਮੇਜਰ ਸਾਹਿਬ ਦੀ ਕਿਉਰੋਸਿਟੀ ਹੋਰ ਜਾਗੀ, ਉਹਨਾਂ ਨੇ ਉਸ ਲਾਮਾ ਤੋਂ ਹੋਰ ਪੁੱਛਣ ਦੀ ਕੋਸ਼ਿਸ਼ ਕੀਤੀ। ਉਪਰੰਤ ਉਸ ਲਾਮਾ ਨੇ ਜਿਹੜੀ ਕਹਾਣੀ ਸੁਣਾਈ ਉਹ ਬੜੀ ਅਚੰਬਿਤ ਕਰਨ ਵਾਲੀ ਸੀ। ਅਗਲੇ ਦਿਨ ਉਹ ਮੇਜਰ ਸਾਹਿਬ ਨੂੰ ਲੈ ਕੇ
ਇੱਕ ਸਥਾਨ 'ਤੇ ਆਇਆ। ਉਸ ਲਾਮਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਆਪਣੀ ਯਾਤਰਾ ਦੇ ਦੌਰਾਨ ਇਸ ਸਥਾਨ 'ਤੇ ਆਏ ਸੀ। ਇਸ ਸਥਾਨ ਦੇ ਉੱਤੇ ਇੱਕ ਪੱਥਰ ਸੀ, ਇੱਕ ਵੱਡੀ ਪੱਥਰ ਦੀ ਸ਼ਿਲਾ, ਜਿਹਦੇ ਉੱਤੇ ਉਹ ਆਪ ਅਤੇ ਉਹਨਾਂ ਦੇ ਦੋ ਸਾਥੀ ਬੈਠੇ ਤਪ ਕਰਨ ਵਾਸਤੇ। ਅਚਾਨਕ ਉਸ ਪੱਥਰ ਦੇ ਉੱਤੇ ਇੱਕ ਭਾਲੂ ਨੇ ਅਟੈਕ ਕੀਤਾ ਅਤੇ ਉਹ ਪੱਥਰ ਆਪਣੇ ਆਪ ਜ਼ਮੀਨ ਤੋਂ 20 ਫੁੱਟ ਉੱਚਾ ਉੱਠ ਗਿਆ। ਐਸਾ ਉਸ ਲਾਮਾ ਦਾ ਕਹਿਣਾ ਸੀ। ਮੇਜਰ ਸਾਹਿਬ ਨੂੰ ਬੜਾ ਆਸ਼ਚਰਿਆ ਹੋਇਆ। ਉਹਨਾਂ ਨੇ ਜਾ ਕੇ ਉਸ ਸਥਾਨ ਦੇਖਿਆ। ਉਸ ਸਥਾਨ ਦੇ ਉੱਤੇ ਉਸ ਲਾਮਾ ਦੇ ਅਨੁਸਾਰ 3 ਆਕ੍ਰਿਤੀਆਂ ਅੱਜ ਵੀ ਇਸ ਪੱਥਰ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ। ਜਿਹੜੀ ਵੱਡੀ ਵਾਲੀ ਆਕ੍ਰਿਤੀ ਹੈ ਉਹ ਗੁਰੂ ਨਾਨਕ ਦੇਵ ਜੀ ਦੀ ਹੈ, ਇਸ ਤਰ੍ਹਾਂ ਉਹ ਲਾਮਾ ਕਹਿੰਦਾ ਹੈ, ਅਤੇ ਜਿਹੜੀ 2 ਛੋਟੀਆਂ ਨੇ ਉਹ ਉਹਨਾਂ ਦੇ ਸਹਿਯੋਗੀ ਯਾਨੀ ਕਿ ਬਾਲਾ ਅਤੇ ਮਰਦਾਨਾ ਜੀ ਦੇ ਨੇ। ਇੱਕ ਬਹੁਤ ਵੱਡਾ ਸਕਰੈਚ ਜਿਹੜਾ ਕਿ ਉਸ ਪਾਲੂ ਦੇ ਪੰਜਿਆਂ ਦਾ ਹੈ ਉਹ ਵੀ ਉੱਥੋਂ ਦੇਖਣ ਨੂੰ ਮਿਲਦਾ ਹੈ। ਇਹ ਦੇਖ ਕੇ ਮਿਰਜ਼ਾ ਸਾਹਿਬ ਬੜੇ ਹੀ ਅਚੰਬਿਤ ਹੋਏ। ਜਿਸ ਤਰ੍ਹਾਂ ਤੁਹਾਨੂੰ ਯਾਦ ਹੋਏਗਾ ਕਿ ਗੁਰਦੁਆਰਾ ਪੱਥਰ ਸਾਹਿਬ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੀ ਪਿੱਠ ਦੇ ਨਿਸ਼ਾਨ ਨੇ, ਸਿਮਲਰਲੀ ਮਿਲਦੇ ਜੁਲਦੇ ਨਿਸ਼ਾਨ ਉਹ ਇਸ ਤਰੀਕੇ ਦੇ ਇਸ ਪੱਥਰ ਦੀ ਸ਼ਿਲਾ ਦੇ ਉੱਤੇ ਵੀ ਦੇਖਣ ਨੂੰ ਮਿਲਦੇ ਨੇ। ਉਪਰੰਤ ਉਹਨੇ ਦੱਸਿਆ ਕਿ ਇੱਥੇ ਇੱਕ ਸਥਾਨ ਹੋਰ ਹੈ ਜਿਹੜੀ ਕਿ ਗੁਫਾ ਹੈ। ਜਿਹੜਾ ਵੀ ਇਨਸਾਨ ਸੱਚੇ ਮਨ ਨਾਲ ਉਸ ਗੁਫਾ ਤੋਂ ਵਿੱਚੋਂ ਗੁਜ਼ਰਦਾ ਹੈ ਉਹਦੀ ਮਨੋਕਾਮਨਾ ਪੂਰਨ ਹੁੰਦੀ ਹੈਗੀ। ਉਹ ਭਾਵੇਂ ਕਿੰਨਾ ਪਤਲਾ ਹੋਵੇ, ਕਿੰਨਾ ਮੋਟਾ ਹੋਵੇ, ਜੇ ਉਹਦੀ ਭਾਵਨਾ ਸੱਚੀ ਨਹੀਂ ਹੈ ਤਾਂ ਉਸ ਗੁਫਾ ਦੇ ਵਿੱਚੋਂ ਗੁਜ਼ਰ ਨਹੀਂ ਸਕਦਾ। ਫਿਰ ਉਹਨੇ ਇੱਕ ਚੀਜ਼ ਹੋਰ ਦੱਸੀ ਕਿ ਗੁਰੂ ਨਾਨਕ ਦੇਵ ਜੀ ਇੱਥੇ ਇਸ਼ਨਾਨ ਕਰਨ ਵਾਸਤੇ ਥੱਲੇ ਜਾਂਦੇ ਸੀਗੇ। ਉੱਥੇ ਇੱਕ ਕੁੰਡ ਜਿਹਾ ਬਣਿਆ ਹੈਗਾ, ਉਸ ਕੁੰਡ ਦੇ ਅੰਦਰ ਪੱਥਰ ਨੇ ਗੁਰੂ ਨਾਨਕ ਦੇਵ ਜੀ ਦੇ ਜਾਣ ਤੋਂ ਉਪਰੰਤ ਲੋਕਾਂ ਨੇ ਇਹ ਮੰਨਣਾ ਸ਼ੁਰੂ ਕੀਤਾ ਕਿ ਉਸ ਕੁੰਡ ਦੇ ਅੰਦਰ ਜਿਹੜਾ ਵੀ ਸੱਚੀ ਭਾਵਨਾ ਨਾਲ ਅਗਰ ਹੱਥ ਪਾ ਕੇ ਪੱਥਰ ਕੱਢਦਾ ਹੈਗਾ, ਛੋਟੇ ਛੋਟੇ ਪੈਬਲਸ, ਛੋਟੇ ਛੋਟੇ ਪੱਥਰ ਨੇ, ਜੇ ਚਿੱਟਾ ਪੱਥਰ ਨਿਕਲੇ ਤਾਂ ਇਹਦਾ ਮਤਲਬ ਮਨੋਕਾਮਨਾ ਪੂਰਨ ਹੁੰਦੀ ਹੈਗੀ, ਜੇ ਕਾਲਾ ਨਿਕਲੇ ਇਹਦਾ ਮਤਲਬ ਮਨੋਕਾਮਨਾ ਪੂਰਨ ਨਹੀਂ ਹੋਏਗੀ, ਅਤੇ ਅਗਰ ਚਿਤਕਵਰੇ ਰੰਗ ਦਾ ਨਿਕਲੇ ਜਿਹਦਾ ਚਿੱਟਾ ਅਤੇ ਕਾਲਾ ਮਿਕਸ ਹੋਵੇ ਤਾਂ ਉਹਦੇ ਅੰਦਰ ਉਹਦਾ ਮਤਲਬ ਹੈਗਾ ਕਿ ਉਹਦੀ ਮਨੋਕਾਮਨਾ ਅਧੂਰੀ ਪੂਰੀ ਹੋਏਗੀ। ਐਸਾ ਉਹ ਲਾਮਾ ਦਾ ਮੰਨਣਾ ਹੈ। ਮੇਜਰ ਸਾਹਿਬ ਉੱਥੇ ਵੀ ਗਏ, ਉਹਨਾਂ ਨੇ ਉੱਥੇ ਉਹ ਸਥਾਨ ਵੀ ਦੇਖਿਆ। ਲਾਮਾ ਨੇ ਮੇਜਰ ਸਾਹਿਬ ਨੂੰ ਉਸ ਕੁੰਡ ਜਾਂ ਛੋਟੇ ਜਿਹੇ ਪੌਂਡ ਵਿੱਚੋਂ ਪੱਥਰ ਕੱਢਣ ਨੂੰ ਆਖਿਆ। ਮੇਜਰ ਸਾਹਿਬ ਨੂੰ ਕਿਉਰਸਿਟੀ ਹੋਈ ਅਤੇ ਉਹਨਾਂ ਨੇ ਸੋਚਿਆ ਚਲੋ ਮੈਂ ਕੱਢ ਕੇ ਦੇਖਣਾ। ਉਹਨਾਂ ਨੇ ਮਨ 'ਚ ਭਾਵਨਾ ਧਾਰੀ ਕਿ ਹੇ ਸੱਚੇ ਪਿਤਾ, ਅਗਰ ਤੁਸੀਂ ਇੱਥੇ ਆਏ ਸੀ ਤਾਂ ਆਪਣੇ ਤੱਥ ਉਜਾਗਰ ਕਰੋ। ਉਹਨਾਂ ਨੇ ਪੱਥਰ ਕੱਢਿਆ ਅਤੇ ਉਹ ਪੱਥਰ ਸਫੇਦ ਨਿਕਲਿਆ। ਨਾਲ ਉਹਨਾਂ ਦੇ ਇੱਕ ਸਹਿਯੋਗੀ ਸੀਗਾ, ਉਹਨੇ ਵੀ ਪੱਥਰ ਕੱਢਿਆ ਜਿੱਦਾਂ ਕਿ ਕਾਲਾ ਨਿਕਲਿਆ। ਪਰ ਮੇਜਰ ਸਾਹਿਬ ਦੇ ਮਨ 'ਚ ਖਿਆਲ ਆਇਆ ਕਿ ਮੈਂ ਪੱਥਰ ਕੱਢਿਆ ਉਹ ਚਿੱਟਾ ਨਿਕਲਿਆ, ਪਰ ਇਤਨੇ ਉੱਚੇ ਸਥਾਨ ਦੇ ਉੱਤੇ, ਇਤਨੇ ਦੁਰਗਮ ਸਥਾਨ ਦੇ ਉੱਤੇ ਇੱਕ ਸਥਾਨ ਬਣਾਉਣਾ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ, ਉਹ ਨੈਕਸਟ ਇੰਪੋਸੀਬਲ ਹੈ। ਇਹ ਸ਼ਾਇਦ ਇੱਕ ਮਜ਼ਾਕ ਹੋਣਾ ਹੈ। ਉਹਨਾਂ ਦੇ ਨਾਲ ਜਿਹੜੇ ਸੂਬੇਦਾਰ ਸੀ ਉਹਨਾਂ ਨੇ ਇੱਕਦਮ ਰਿਐਕਟ ਕੀਤਾ ਅਤੇ ਇਹ ਕਿਹਾ ਕਿ ਇਸ ਸਥਾਨ ਦੇ ਉੱਤੇ ਅਤੇ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਇੱਕ ਸਥਾਨ ਜਾਂ ਗੁਰਦੁਆਰਾ ਬਣਨਾ ਚਾਹੀਦਾ, ਇਹ ਧਾਰਮਿਕ ਸਥਲ ਹੈ। ਐਸਾ ਹੀ ਮੰਨਣਾ ਉਸ ਲਾਮਾ ਦਾ ਸੀ। ਮੇਜਰ ਸਾਹਿਬ ਨੇ ਦੇਖਿਆ ਕਿ ਉਹ ਲਾਮਾ ਇੱਕ ਪੱਥਰ 'ਤੇ ਬੈਠਾ ਹੋਇਆ, ਚਿੱਟੀ ਚਾਦਰ ਵਿਛਾ ਕੇ ਪੂਜਾ ਕਰ ਰਿਹਾ ਹੈ, ਅਤੇ ਉਹਦੇ ਬਾਅਦ ਪੂਜਾ ਕਰਨ ਤੋਂ ਬਾਅਦ ਉਹਨੇ ਇਹ ਗੱਲ ਕਹੀ ਕਿ ਵੀ ਇਸ ਸਥਾਨ ਦੇ ਉੱਤੇ ਇੱਕ ਧਰਮ ਦਾ ਸਥਾਨ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਨਾ ਚਾਹੀਦਾ। ਹੁਣ ਸ਼ੁਰੂਆਤ ਹੋਈ ਕਿ ਇਤਨੀ ਉੱਚੇ ਸਥਾਨ ਦੇ ਉੱਤੇ ਜਿੱਥੇ 'ਤੇ ਹੋਰ ਘਣਾ ਜੰਗਲ ਸੀ ਅਤੇ ਬੇਸ ਤੋਂ ਇੱਥੇ ਆਉਣ ਤੱਕ ਦਾ ਕੋਈ ਸਾਧਨ ਨਹੀਂ ਸੀਗਾ, ਅਤੇ ਕਿਸ ਤਰੀਕੇ ਨਾਲ ਇੱਥੇ ਸਥਾਨ ਬਣਾਇਆ ਜਾਵੇ, ਜਿਹਦੀ ਕਿ ਬੜੀ ਜਦੋਂ ਜਹਿਦ ਹੋਈ, ਬੜੀ ਮੁਸ਼ਕਤ ਹੋਈ। ਆਰਮੀ ਦਾ ਜਿਹਦੇ 'ਚ ਬਹੁਤ ਵੱਡਾ ਸਹਿਯੋਗ ਸੀਗਾ, ਲੋਕਲ ਲੋਕਾਂ ਦਾ, ਜਿਹੜਾ ਉਹ ਬੰਦਾ ਜਿਹਨੂੰ ਬੁਰਾ ਕਹਿੰਦੇ ਸੀਗੇ, ਜਿਹੜਾ ਕਿ ਇਸ ਪਿੰਡ ਦਾ ਸੀ, ਜਿਹਦੇ ਬੱਚੇ ਨੂੰ ਤਕਲੀਫ ਸੀ, ਉਹਦਾ ਬੜਾ ਸਹਿਯੋਗ ਸੀਗਾ, ਉਸ ਲਾਮਾ ਦਾ ਬੜਾ ਸਹਿਯੋਗ ਸੀਗਾ, ਅਤੇ ਇਹ ਸਾਰਿਆਂ ਸਹਿਯੋਗਾਂ ਨੂੰ ਮਿਲਾ ਕੇ ਇੱਕ ਛੋਟਾ ਜਿਹਾ ਗੁਰਦੁਆਰਾ 1987 'ਚ ਇੱਥੇ ਤਾਮੀਲ ਕੀਤਾ ਗਿਆ, ਜਿਹੜਾ ਕਿ ਲੱਕੜ ਦਾ ਬਣਿਆ ਸੀਗਾ ਅਤੇ 3 ਦੀ ਚਦਰਾਂ ਨਾਲ ਬਣਿਆ ਸੀ, ਜਿਹਦੇ ਅੰਦਰ 3 ਕਮਰੇ ਸੀ। ਆਓ ਤੁਹਾਨੂੰ ਹੁਣ ਅਸੀਂ ਉਹਨੂੰ ਸਥਾਨਾਂ ਦੇ ਦਰਸ਼ਨ ਕਰਾਉਣੇ ਆ ਜਿਹਦਾ ਜ਼ਿਕਰ ਕਰਨਲ ਦਲਵਿੰਦਰ ਸਿੰਘ ਜੀ ਗਰੇਵਾਲ, ਜਿਹੜੇ ਕਿ ਉਸ ਵਕਤ ਮੇਜਰ ਸਾਹਿਬ ਸੀ, ਉਹਨਾਂ ਦੀ ਕਹਾਣੀ ਵਿੱਚ, ਉਹਨਾਂ ਦੀ ਕਿਤਾਬ ਵਿੱਚ, ਅਤੇ ਉਸ ਲਾਮਾ ਦੀ ਦੱਸੀ ਹੋਈ ਕਹਾਣੀ ਦੇ ਵਿੱਚ ਜਿਹਦਾ ਜ਼ਿਕਰ ਹੈ, ਜਿਹਦੇ ਸਥਾਨ 'ਤੇ ਅੱਜ ਉਹ ਗੁਰਦੁਆਰਾ ਸਾਹਿਬ ਤਾਮੀਲ ਹੈ, ਜਿਹੜਾ ਕਿ 1987 'ਚ ਬਣਿਆ ਸੀਗਾ। ਆਓ ਸਾਡੇ ਨਾਲ ਤੁਸੀਂ ਵੀ ਦਰਸ਼ਨ ਕਰੋ। ਹਰ ਥਾਂ ਛੱਡੀ ਨਾ ਕਦੇ ਮੇਰੀ ਬਾਬਾ ਨਾਨਕ, ਬਖਸ਼ ਦੇਵੀ ਮੇਰੇ, ਬਖਸ਼ ਦੇਵੀ ਮੇਰੇ, ਬਖਸ਼ ਦੇਵੀ ਮੇਰੇ, ਤੂੰ ਗੁਨਾ ਬਾਬਾ ਨਾਨਕ, ਛੱਡੀ ਨਾ ਕਦੇ ਮੇਰੀ ਬਾਬਾ ਨਾਨਕ।